ਾਰੇ ਬੱਚਿਓ 8ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੇ ਰੋਜ਼ਾਨਾ ਅਸਾਈਨਮੈਂਟ 13 ਸਤੰਬਰ 2020 ਦੀ ਕਰਨ ਜਾ ਰਹੇ ਹਾਂ ਪਾਠ 16ਵਾਂ ਸਿੱਖਿਆ ਤੇ ਅੰਗਰੇਜ਼ੀ ਰਾਜ ਇਹਦੇ ਬਾਰੇ ਪੜਦੇ ਪਏ ਆ ਆਪਾਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਭਾਰਤ ਵਿੱਚ ਸਿੱਖਿਆ ਦੇ ਸਬੰਧ ਵਿੱਚ ਕੀ ਕੁਝ ਤਬਦੀਲੀਆਂ ਆਈਆਂ ਉਹਦੇ ਬਾਰੇ ਪੜਨ ਲੱਗੇ ਹਾਂ ਆਧੁਨਿਕ ਸਿੱਖਿਆ ਦਾ ਵਿਕਾਸ ਭਾਰਤ ਵਿੱਚ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਆਧੁਨਿਕ ਸਿੱਖਿਆ ਪ੍ਰਣਾਲੀ ਸਥਾਪਿਤ ਹੋਈ 1641 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੇ ਇਸਾਈ ਧਰਮ ਦਾ ਪ੍ਰਚਾਰ ਕਰਨ ਲਈ ਭਾਰਤੀ ਲੋਕਾਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ 1715 ਈਸਵੀ ਵਿੱਚ ਕੰਪਨੀ ਨੇ ਮਦਰਾਸ ਵਿੱਚ ਸੇਂਟ ਮਰੀ ਚੈਰਿਟੀ ਸਕੂਲ ਖੋਲ੍ਹਿਆ ਇੱਥੇ ਹੀ ਲਾਰਡ ਵਾਰਨ ਹਾਸਟਿੰਗ ਜੋਨਾਥਨ ਡੰਕਨ ਨੇ ਇੱਕ ਸੰਸਕ੍ਰਿਤ ਕਾਲਜ ਖੋਲ੍ਹਿਆ 1831 ਈਸਵੀ ਤੋਂ 1854 ਈਸਵੀ ਤੱਕ ਸਿੱਖਿਆ ਦਾ ਵਿਕਾਸ ਸਰਕਾਰ ਨੇ 1813 ਈਸਵੀ ਦੇ ਚਾਰਟਰ ਐਕਟ ਅਨੁਸਾਰ ਭਾਰਤ ਵਿੱਚ ਸਿੱਖਿਆ ਦਾ ਵਿਕਾਸ ਕਰਨ ਲਈ ਹਰੇਕ ਸਾਲ 1 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ 1823 ਈਸਵੀ ਵਿੱਚ ਸਿੱਖਿਆ ਨੀਤੀ ਉੱਤੇ ਵਿਚਾਰ ਕਰਨ ਲਈ ਕਮੇਟੀ ਬਣਾਈ ਪਰ ਇਸ ਦੇ ਮੈਂਬਰਾਂ ਵਿੱਚ ਸਿੱਖਿਆ ਦੇ ਮਾਧਿਅਮ ਨੂੰ ਲੈ ਕੇ મત ਭੇਦ ਰਹੇ ਲਾਰਡ ਮੈਕਾਲੇ 1835 ਈਸਵੀ ਵਿੱਚ ਸਿੱਖਿਆ ਕਮੇਟੀ ਦੇ ਪ੍ਰਧਾਨ ਬਣੇ ਉਹਨਾਂ ਨੇ ਪੱਛਮੀ ਸਿੱਖਿਆ ਦੇ ਪੱਖ ਵਿੱਚ ਆਪਣਾ ਫੈਸਲਾ ਲਿਆ 1854 ਈਸਵੀ ਵਿੱਚ ਬੋਰਡ ਆਫ ਕੰਟਰੋਲ ਦੇ ਪ੍ਰਧਾਨ ਚਾਰਲਸ ਵੁੱਡ ਨੇ ਸਿੱਖਿਆ ਦੇ ਵਿਕਾਸ ਲਈ ਕੁਝ ਮਹੱਤਵਪੂਰਨ ਸ਼ੁਭਾਸ਼ਾ ਕੀਤੀਆਂ ਜਿਨ੍ਹਾਂ ਨੂੰ ਵੁੱਡ ਡਿਸਪੈਚ ਕਿਹਾ ਜਾਂਦਾ ਹੈ 1882 ਈਸਵੀ ਵਿੱਚ ਹੰਟਰ ਕਮਿਸ਼ਨ ਦੀ ਸਥਾਪਨਾ 1882 ਇਸ ਵੀ ਸਰਕਾਰ ਨੇ ਸਿੱਖਿਆ ਦਾ ਵਿਕਾਸ ਕਰਨ ਲਈ ਹੰਟਰ ਕਮਿਸ਼ਨ ਨਿਯੁਕਤ ਕੀਤਾ ਇਸ ਕਮਿਸ਼ਨ ਦੀਆਂ ਮੁੱਖ ਸਿਫਾਰਸ਼ਾਂ ਇਸ ਪ੍ਰਕਾਰ ਹਨ ਪ੍ਰਾਈਵੇਟ ਸਕੂਲਾਂ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਜਾਣ ਸਕੈਂਡਰੀ ਸਕੂਲਾਂ ਵਿੱਚ ਸੁਧਾਰ ਕੀਤੇ ਜਾਣ ਇਸਤਰੀਆਂ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਵਿਦਿਆਰਥੀਆਂ ਨੂੰ ਸਰੀਰੀ ਅਤੇ ਮਾਨਸਿਕ ਸਿੱਖਿਆ ਦਿੱਤੀ ਜਾਵੇ ਸਰਕਾਰ ਨੇ ਇਹ ਸਿਫਾਰਸ਼ਾਂ ਮੰਨ ਲਈਆਂ ਜੋ ਆਧੁਨਿਕ ਸਿੱਖਿਆ ਦਾ ਮੁੱਖ ਆਧਾਰ ਬਣੀਆ ਸੋ ਬੱਚੋ ਇਹ ਸਿੱਖਿਆ ਆਧੁਨਿਕ ਸਿੱਖਿਆ ਕਿਵੇਂ ਅੰਗਰੇਜ਼ਾਂ ਦੇ ਆਉਣ ਨਾਲ ਭਾਰਤ ਵਿੱਚ ਫੈਲੀ ਕਿਉਂਕਿ ਭਾਰਤ ਵਿੱਚ ਪਹਿਲਾਂ ਸੰਸਕ੍ਰਿਤ ਹਿੰਦੀ ਉਰਦੂ ਪੰਜਾਬੀ ਗੁਰਮੁਖੀ ਇਹ ਭਾਸ਼ਾਵਾਂ ਚੱਲ ਰਹੀਆਂ ਸਨ ਜਾਂ ਹੋਰ ਹਰੇਕ ਰਾਜ ਦੀ ਆਪਣੀ ਭਾਸ਼ਾ ਹੀ ਉਹ ਚੱਲਦੀ ਸੀ ਪਰ ਜਦੋਂ ਅੰਗਰੇਜ਼ ਆਏ ਤਾਂ ਉਹਨਾਂ ਨੇ ਪੱਛਮੀ ਸਿੱਖਿਆ ਜਿਹੜੀ ਜ਼ਿਆਦਾਤਰ ਅੰਗਰੇਜ਼ੀ ਵਿੱਚ ਸੀਗੀ ਉਹ ਭਾਰਤੀਆਂ ਤੱਕ ਪਹੁੰਚਾਈ ਭਾਰਤੀਆਂ ਨੂੰ ਅੰਗਰੇਜ਼ੀ ਸਿਖਾਉਣੀ ਸ਼ੁਰੂ ਕੀਤੀ ਭਾਰਤ ਨੇ ਆਪਣਾ ਦਾਇਰਾ ਵਧਾਇਆ ਭਾਰਤੀ ਲੋਕਾਂ ਨੇ ਇਸ ਤਰ੍ਹਾਂ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੋਇਆ ਤੇ ਭਾਰਤ ਦਾ ਜਿਹੜੀ ਸਿੱਖਿਆ ਤੰਤਰ ਸੀਗਾ ਸਿੱਖਿਆ ਐਜੂਕੇਸ਼ਨ ਸਿਸਟਮ ਸੀਗਾ ਉਹ ਆਧੁਨਿਕ ਹੋ ਗਿਆ ਅੱਗੇ ਪ੍ਰਸ਼ਨ ਉਤਰਿਆ ਅੰਗਰੇਜ਼ਾਂ ਦੇ ਭਾਰਤ ਆਉਣ ਨਾਲ ਕਿਹੜੀ ਸਿੱਖਿਆ ਪ੍ਰਣਾਲੀ ਸਥਾਪਿਤ ਹੋਈ ਆਧੁਨਿਕ ਸਿੱਖਿਆ ਪ੍ਰਣਾਲੀ ਭਾਰਤ ਸੇਂਟ ਮੇਰੀ ਚੈਰਿਟੀ ਸਕੂਲ ਕਦੋਂ ਕਿਸ ਨੇ ਕਿੱਥੇ ਖੋਲਿਆ 1715 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੇ ਮ드ਰਾਸ ਵਿੱਚ ਸੇਂਟ ਮੇਰੀ ਚੈਰਿਟੀ ਸਕੂਲ ਦੀ ਸਥਾਪਨਾ ਕੀਤੀ ਵੁਡ ਡਿਸਪੈਚ ਕਿਸ ਨੇ ਸ਼ੁਰੂ ਕੀਤੀ 1854 ਈਸਵੀ ਵਿੱਚ ਬੋਰਡ ਆਫ ਕੰਟਰੋਲ ਦੇ ਪ੍ਰਧਾਨ ਚਾਰਲਸ ਵੁੱਡ ਨੇ ਸਿੱਖਿਆ ਦੇ ਵਿਕਾਸ ਲਈ ਕੁਝ ਮਹੱਤਵਪੂਰਨ ਸੁਪਾਸ਼ਾ ਕੀਤੇ ਜਿਨ੍ਹਾਂ ਨੂੰ ਵੁੱਡ ਡਿਸਪੈਚ ਕਿਹਾ ਜਾਂਦਾ ਹੈ। ਸੋ ਇਹ ਪ੍ਰਸ਼ਨ ਸੀ ਬੱਚਿਓ ਖਾਲੀ ਥਾਮਿਆ। ਲਾਰਡ ਵਾਰਨ ਹਾਸਟਿੰਗ ਜੌਨਾਥਨ ਡੰਕਰ ਨੇ ਇੱਕ ਕਾਲਜ ਖੋਲ੍ਹਿਆ ਕਿਹੜਾ ਕਾਲਜ ਖੋਲ੍ਹਿਆ ਸੀ ਉਹਨਾਂ ਨੇ ਆਪਾਂ ਪੜਿਆ ਆ ਸੰਸਕ੍ਰਿਤ ਕਾਲਜ। ਲਾਰਡ ਮੁਕਾਲੇ ਨੇ 1853 ਈਸਵੀ ਵਿੱਚ ਸਿੱਖਿਆ ਕਮੇਟੀ ਦੇ ਪ੍ਰਧਾਨ ਬਣੇ ਲਾਰਡ ਮਕਾਲੇ 1853 ਈਸਵੀ ਵਿੱਚ ਸਿੱਖਿਆ ਕਮੇਟੀ ਦੇ ਪ੍ਰਧਾਨ ਬਣੇ 1882 ਈਸਵੀ ਵਿੱਚ ਹੰਟਰ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੋ ਇਹ ਬੱਚਿਓ ਖਾਲੀ ਥਾਵਾਂ ਦੇ ਵਿੱਚ ਤੁਸੀਂ ਭਰਨਾ ਆ ਉੱਤਰ ਲਿਖੇ ਹੋਏ ਆ ਸਹੀ ਜਾਂ ਗਲਤ ਪ੍ਰਾਈਵੇਟ ਸਕੂਲਾਂ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਜਾਣ ਇਹ ਹੰਟਰ ਕਮਿਸ਼ਨ ਦੀਆਂ ਸ਼ਿਫਾਰਸ਼ ਸੀ ਸਹੀ ਹੈ ਸਰਕਾਰ ਨੇ ਹੰਟਰ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨਹੀਂ ਮੰਨੀਆਂ ਇਹ ਗਲਤ ਹੈ ਕਿਉਂਕਿ ਉਹਨਾਂ ਨੇ ਤਕਰੀਬਨ ਸਾਰੀਆਂ ਸ਼ਿਫਾਰਸ਼ਾਂ ਉਹਨਾਂ ਦੀਆਂ ਮੰਨ ਲੀਆਂ ਸੀ ਇੱਕ ਸਹੀ ਤੇ ਇੱਕ ਗਲਤ ਸੋ ਇਸ ਤਰ੍ਹਾਂ ਬੱਚਿਓ ਇਹ ਸਾਡੀ 13 ਸਤੰਬਰ ਦੀ ਡੇਲੀ ਡੋਸ ਸੀ ਅੰਗਰੇਜ਼ ਅਤੇ ਅ ਸਿੱਖਿਆ ਦੇ ਬਾਰੇ ਕਿਵੇਂ ਉਹਨਾਂ ਨੇ ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਆਰੰਭ ਕੀਤਾ ਧੰਨਵਾਦ